ਲਓ ਵੀ ਮਿੱਤਰੋ, ਆਪਾਂ ਤਾਂ ਆਪਾਂ ਫੁਹਾਰੇ ਜਿਹੜੇ ਲਾਉਣੇ ਸੀ ਉਹ ਆਪਾਂ ਲਾ ਤੇ, ਤੁਸੀਂ ਦੇਖ ਸਕਦੇ ਹੋ ਇੱਧਰ ਫਿਲਟਰ ਵਾਲੀ ਮੋਟਰ ਅਤੇ ਇੱਧਰ ਫੁਹਾਰੇ ਚੱਲੀ ਜਾਂਦੇ ਨੇ ਅਤੇ ਹਜੇ ਟੰਗੇ ਨੇ। ਉਦੋਂ ਬਾਅਦ ਤੁਸੀਂ ਦੇਖੋ ਜਿਹੜੇ ਆਹ ਫੁਹਾਰੇ ਆ ਛੋਟੇ, ਇਹ 50 ਰੁਪਈਆਂ ਦਾ ਫੁਹਾਰਾ ਗਾ, ਇਹ ਕੋਈ ਕਾਮਯਾਬ ਨਹੀਂ ਲੱਗਿਆ। ਕਾਮਯਾਬ ਵੈਸੇ ਹੈਗੇ ਵੀ ਨੇ, ਪਰ ਜੇ ਇੱਕ ਅਸੀਂ ਵੱਡਾ ਲਾਤਾ, ਬਾਕੀ ਸਾਰੇ ਛੋਟੇ, 6 ਛੋਟੇ ਨੇ, ਇੱਕ ਵੱਡਾ। ਜਿਹੜਾ ਵੱਡਾ ਫੁਹਾਰਾ ਤੁਸੀਂ ਦੇਖੋ ਇਹ ਲਿਆਉਂਦਾ ਨਜ਼ਾਰੇ, ਪਰ ਇਹਦੇ ਨਾਲ ਇੱਕ ਕਾਰਨ ਆ ਵੀ ਫਰਸ਼ ਵਾਲਾ ਗਿੱਲਾ ਹੁੰਦਾ। ਜਿਹੜੇ ਛੋਟੇ ਨੇ ਜਿਵੇਂ ਆਹ ਸਰਪੇਜ, ਸਾਰਾ ਜਿਹੜਾ ਪ੍ਰੋਜੈਕਟ ਆਪਣਾ A to Z, ਇਹ ਆਪਣਾ 2000 ਰੁਪਈਏ ਦੇ ਵਿੱਚ ਪਿਆ ਗਾ, ਅਤੇ ਕੋਈ ਬੜਾ ਮਹਿੰਗਾ ਵੀ ਨਹੀਂ ਲੱਗਿਆ ਅਤੇ ਬੜਾ ਸਸਤਾ ਵੀ ਨਹੀਂ। ਸੋ ਹੈਲੋ ਗਾਇਜ਼, ਗੁੱਡ ਮਾਰਨਿੰਗ, ਵੈਲਕਮ ਟੂ ਮਾਈ ਨਿਊ ਬਲੌਗ। ਕਿਵੇਂ, ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ। ਸਵੇਰ ਦੇ 10:15 ਵੱਜ ਚੁੱਕੇ ਨੇ, 10:15 ਵਜੇ ਵੀ ਤੱਤੀ ਹਵਾ ਚੱਲਦੀ ਹੈ, ਤੱਤੀ ਲੂ ਚੱਲਦੀ ਹੈ, ਪਰ ਜਦੋਂ ਆਪਾਂ ਮੋਟਰਸਾਈਕਲ 'ਤੇ ਜਾਂਦੇ ਹਾਂ ਤਾਂ ਬਹੁਤ ਪਰੇਸ਼ਾਨੀ ਆਉਂਦੀ ਹੈ ਜਾਣ ਦੇ ਵਿੱਚ, ਕਿਉਂਕਿ ਇਹ ਪਹਿਲੀ ਵਾਰ ਹੋਇਆ ਕਿ 47 ਡਿਗਰੀ ਤਾਪਮਾਨ ਪੰਜਾਬ ਦੇ ਵਿੱਚ ਸਾਡੇ ਏਰੀਏ ਦੇ ਵਿੱਚ ਹੋ ਰਿਹਾ, 47 ਡਿਗਰੀ ਨੂੰ ਤਾਪਮਾਨ ਟੱਚ ਕਰ ਰਿਹਾ ਨਹੀਂ। ਜਦੋਂ ਤੱਕ ਦੇਖਦੇ ਹਾਂ ਕਿ 41, 42, 43 ਡਿਗਰੀ ਤੱਕ ਤਾਪਮਾਨ ਆਪਾਂ ਦੇਖਿਆ, ਪਰ 47 ਡਿਗਰੀ ਨੂੰ ਟੱਚ ਕਰ ਰਿਹਾ ਪਹਿਲੀ ਵਾਰ ਆਪਾਂ ਦੇਖ ਰਹੇ ਹਾਂ। ਸੋ ਘੋੜਾ ਖੜਾ, ਆਪਾਂ ਉਹਨੂੰ ਵੀ ਬੜਾ ਸੰਗਰੂਰ ਜਾਣਾ ਅੱਜ, ਆਪਾਂ ਉਹਨੂੰ ਵੀ ਬੜਾ ਭਜਾ ਨਹੀਂ ਸਕਦੇ, ਕਿਉਂਕਿ ਉਹਦੀ ਸਰਵਿਸ ਕਰਾਉਣ ਵਾਲੀ ਤੇਲ ਗਰਮ ਵੀ ਹੋ ਸਕਦਾ ਅਤੇ ਮੋਟਰਸਾਈਕਲ ਵੀ ਗਰਮ ਹੋ ਸਕਦਾ, ਕੋਈ ਬਾਹਲੀ ਵੱਡੀ ਗੱਲ ਨਹੀਂ, ਕਿਉਂਕਿ ਜਦੋਂ ਇੰਨੀ ਗਰਮੀ ਹੋਵੇ, ਹੁਣ 10:15 ਤਾਂ ਕੱਪੜਾ ਮੂੰਹ 'ਤੇ ਲੈਣਾ ਪੈਂਦਾ, ਕਿਉਂਕਿ ਇੰਨੀ ਗਰਮੀ ਲੱਗਦੀ ਹੈ ਮੋਟਰਸਾਈਕਲ ਦੇ ਉੱਤੇ, ਬਿਨਾਂ ਕੱਪੜੇ ਤੋਂ ਆਪਾਂ ਚੱਲ ਹੀ ਨਹੀਂ ਸਕਦੇ। ਤਾਂ 11-12 ਵਜੇ, 1 ਵਜੇ ਤੁਸੀਂ ਦੇਖੋ ਵੀ ਕਿਹੜੇ ਹਿਸਾਬ ਨਾਲ ਮੋਟਰਸਾਈਕਲ 'ਤੇ ਜਾਣਾ ਪੈਂਦਾ, ਕਿਉਂਕਿ ਉਦੋਂ ਤਾਂ ਆਪਾਂ ਬਿਨਾਂ ਮੂੰਹ ਢੱਕੇ ਆਪਾਂ ਮੋਟਰਸਾਈਕਲ ਦਾ ਸਫ਼ਰ ਕਰ ਹੀ ਨਹੀਂ ਸਕਦੇ। ਸੋ ਇੰਨੀ ਗਰਮੀ ਆਪਣੇ ਪੰਜਾਬ ਦੇ ਵਿੱਚ ਪੈ ਰਹੀ ਆ। ਸੋ ਦੇਖ ਸਕਦੇ ਹੋ ਤਾਂ ਅੱਜ ਪੁਰੇ ਵੱਲੋਂ, ਪੂਰਬ ਵੱਲੋਂ ਵੀ ਹਵਾ ਚੱਲ ਰਹੀ ਹੈ, ਨਹੀਂ ਪੂਰਬ ਵੱਲੋਂ ਜਦੋਂ ਹਵਾ ਚੱਲਦੀ ਹੈ ਮੀਂਹ ਪੈਣ ਦੇ ਸਾਰ ਬਣਦੇ ਨੇ, ਪਰ ਹਜੇ ਤੱਕ ਹਫ਼ਤਾ ਹੋ ਗਿਆ ਚੱਲਦੀ ਨੂੰ, ਹਵਾ ਚੱਲਦੀ ਨੂੰ, ਪਰ ਹਜੇ ਤੱਕ ਮੀਂਹ ਦੇ ਕੋਈ ਅਸਾਰ ਨਹੀਂ ਹੈਗੇ। ਤਾਂ ਆਪਾਂ ਸੰਗਰੂਰ ਜਾਂਦੇ, ਸੰਗਰੂਰ ਆਪਾਂ ਨੂੰ ਕੰਮ ਆ, ਕਿਉਂਕਿ ਆਪਾਂ ਨੂੰ 4 ਮਹੀਨੇ ਹੋ ਗਏ ਮੋਟਰਸਾਈਕਲ ਦੀ ਕਾਪੀ ਅਪਲਾਈ ਕਰੀ ਨੂੰ, ਪਰ ਹਜੇ ਤੱਕ ਆਪਣੇ ਕੋਲ ਕਾਪੀ ਨਹੀਂ ਪਹੁੰਚੀ। ਤਾਂ 4-5 ਗੇੜੇ ਤੋਂ ਪਹਿਲਾਂ ਆਪਾਂ ਲਾ ਚੁੱਕੇ ਹਾਂ, ਅਪਲਾਇਰ ਨੇ ਕਿਹਾ, ਕਹਿੰਦਾ ਵੀ 10 ਦਿਨ ਹੋ ਗਏ ਇੱਥੋਂ ਮੈਂ ਕਾਪੀ ਭੇਜੀ ਨੂੰ, ਵੀ ਤੁਹਾਡੇ ਤੱਕ ਪਹੁੰਚੀ ਕਿਉਂ ਨਹੀਂ। ਕਹਿੰਦਾ ਬਾਕੀ ਮੰਡੇ ਨੂੰ ਦੇਖੂੰ, ਤਾਂ ਉਹ ਸੰਗਰੂਰ ਤੋਂ ਹੀ ਨੇ, ਤਾਂ ਅੱਜ ਆਪਾਂ ਉਹਨਾਂ ਨੂੰ ਮਿਲ ਕੇ ਗੱਲਬਾਤ ਕਰਾਂਗੇ। ਉਹ ਕਹਿੰਦਾ ਵੀ ਨਹੀਂ, ਤੁਹਾਨੂੰ ਮੈਂ ਸੋਮਵਾਰ ਨੂੰ ਦੁਬਾਰੇ ਚੈੱਕ ਕਰਾ ਕੇ ਉੱਥੋਂ, ਕਹਿੰਦਾ ਦਫ਼ਤਰ 'ਚੋਂ ਦੁਬਾਰੇ ਭੇਜ ਦੂੰਗਾ, ਜੇ ਹੋ ਸਕਿਆ ਕਿਸੇ ਕਾਰਨ ਕਰਕੇ ਕੋਈ ਹੈ ਨਾ ਕਾਪੀ ਅੜੀ ਖੜੀ ਹੋਵੇ, ਨਹੀਂ ਵੈਸੇ ਤਾਂ ਕਹਿੰਦਾ ਸਾਰੀ ਕਲੀਅਰ ਮੈਂ ਭੇਜ ਦਿੱਤੀ। ਸੋ ਜਦੋਂ ਸਾਵੇਂ ਖੜ੍ਹਦਾ, ਸਾਵੇਂ ਹਵਾ ਤਾਂ ਬਹੁਤ ਸੋਹਣੀ ਲੱਗਦੀ ਹੈ, ਪਰ ਜਦੋਂ ਮੋਟਰਸਾਈਕਲ 'ਤੇ ਆਪਾਂ ਗਰਮੀ ਜਾਂਦੇ ਹਾਂ, ਕਿਉਂਕਿ ਵਾਹਣ ਵਾਹੇ ਹੋਏ ਨੇ, ਤੱਤੀਆਂ ਲੂ ਚੱਲਦੀ ਆ, ਬਹੁਤ ਜ਼ਿਆਦਾ ਲੂ ਆ, ਇੰਨੀ ਲੂ ਦੇ ਵਿੱਚ ਪਰੇਸ਼ਾਨ ਹੁੰਦਾ, ਬਾਹਾਂ ਢੱਕ ਕੇ ਪੂਰੀਆਂ ਬਾਹਾਂ ਵਾਲੇ ਕੱਪੜੇ ਪਾ ਕੇ ਜਾਣਾ ਚਾਹੀਦਾ। ਪਰ ਉਹ ਖੜਾ ਘੋੜਾ ਆਪਣਾ ਹਜੇ ਉਹਦੀ ਵੀ ਸਰਵਿਸ ਕਰਾਉਣ ਵਾਲੀ ਹੈ, ਤਾਂ ਦੇਖਦੇ ਹਾਂ ਹੁਣ ਆਪਾਂ ਚੱਲਦੇ ਹਾਂ ਸੰਗਰੂਰ ਕਿੰਨੇ ਟਾਈਮ ਦੇ ਵਿੱਚ ਪਹੁੰਚਾਂਗੇ। ਪਹੁੰਚ ਤਾਂ ਆਪਾਂ 1.5 ਘੰਟੇ ਦੇ ਵਿੱਚ ਵੀ ਸਕਦੇ ਹਾਂ, ਪਰ ਗਰਮੀ ਕਰਕੇ ਆਪਾਂ ਬਹੁਤ ਘੱਟ ਸਲੋ ਰੇਸ ਦੇ ਉੱਤੇ ਚੱਲਾਂਗੇ। ਸੋ ਆਓ ਚੱਲਦੇ ਹਾਂ। ਮੋਟਰਸਾਈਕਲ 'ਤੇ ਜਾਣ ਸਮੇਂ ਹੈਲਮਟ ਆਪਾਂ ਨੂੰ ਬਹੁਤ ਜ਼ਰੂਰੀ ਆ, ਕਿਉਂਕਿ ਇਹ ਆਪਾਂ ਨੂੰ ਠੰਡ ਤੋਂ, ਸਿਆਲ ਦੇ ਵਿੱਚ ਠੰਡ ਤੋਂ, ਗਰਮੀ ਦੇ ਵਿੱਚ ਗਰਮੀ ਤੋਂ ਵੀ ਬਚਾਉਂਦਾ। ਹੈਲਮਟ ਲੈਣਾ ਬਹੁਤ ਜ਼ਰੂਰੀ ਹੈ, ਤਾਂ ਗਰਮੀ ਦੇ ਵਿੱਚ ਜਦੋਂ ਵੀ ਆਪਾਂ ਕਿਤੇ ਦੂਰ ਸਫ਼ਰ ਕਰਦੇ ਹਾਂ ਤਾਂ ਆਪਾਂ ਉਦੋਂ ਹੈਲਮਟ ਲੈ ਕੇ ਜ਼ਰੂਰ ਜਾਣਾ। ਦੇਖੋ ਪਰਨੇ ਨਾਲ ਮੂੰਹ ਲਪੇਟੀ ਜਾ ਰਿਹਾ ਭਰਾ, ਪਰ ਜੇ ਹੈਲਮਟ ਹੋਵੇ ਤਾਂ ਪਰਨੇ ਲਪੇਟਣ ਦੀ ਲੋੜ ਨਹੀਂ, ਕਿਉਂਕਿ ਪਰਨਾ ਕਦੋਂ ਵੀ ਖੁੱਲ੍ਹ ਸਕਦਾ, ਉਹ ਖੁੱਲ੍ਹ ਵੀ ਗਿਆ। ਦੇਖੋ ਦੁਬਾਰੇ ਬੰਨਣ ਦੀ ਕੋਸ਼ਿਸ਼ ਵਿੱਚ ਕੋਸ਼ਿਸ਼ ਕਰਦਾ, ਤਾਂ ਹੈਲਮਟ ਇੱਕ ਸੇਫਟੀ ਵਾਸਤੇ ਬਹੁਤ ਵਧੀਆ ਚੀਜ਼ ਬਣਾਈ ਹੈ, ਤਾਂ ਹਰ ਇੱਕ ਨੂੰ ਲੈਣੀ ਚਾਹੀਦੀ ਹੈ। ਤੋ ਸੋ ਚੱਲਦੇ ਆਪਾਂ। ਸਵੇਰ ਦੇ ਬੱਚੇ ਨੇ 10:15 ਵਜੇ, ਬਹੁਤ ਗਰਮੀ ਆ ਬਈ, ਅਤੇ ਬਾਹਾਂ ਵੀ ਢੱਕ ਕੇ ਜਾਣਾ ਚਾਹੀਦਾ, ਹਰ ਕੋਈ ਮੂੰਹ ਲਪੇਟ ਕੇ ਮੋਟਰਸਾਈਕਲ ਚਲਾ ਰਿਹਾ, ਤਾਂ ਆਪਣਾ ਘੋੜਾ ਵੀ ਚੱਲ ਰਿਹਾ ਗਾ। ਸੁਪਰ ਫਾਸਟ 'ਤੇ ਤਾਂ ਆਪਾਂ ਇਹਨੂੰ ਬਾਹਲੀ ਰੇਸ ਨਹੀਂ ਦਿੰਦੇ, ਆਪਾਂ 60-70 ਦੀ ਸਪੀਡ 'ਤੇ ਆਪਾਂ ਚੱਲਣਾ, ਕਿਉਂਕਿ ਗਰਮੀ ਦੇ ਵਿੱਚ ਜ਼ਿਆਦਾ ਭਜਾਉਣਾ ਵੀ ਗਲਤ ਹੈ, ਠੰਡ ਦੇ ਵਿੱਚ ਭਜਾਉਣਾ ਵੀ ਗਲਤ ਹੈ। ਜਦੋਂ ਮੌਸਮ ਸਹੀ ਹੁੰਦਾ ਤਾਂ ਉਦੋਂ ਕਈ ਵਾਰ ਆਪਾਂ ਨੂੰ ਕਾਹਲੀ ਹੁੰਦੀ ਆ, ਆਪਾਂ ਉਹਦੇ 'ਤੇ ਜਾ ਸਕਦੇ ਹਾਂ। ਵੈਸੇ ਤਾਂ ਜਦੋਂ ਆਪਾਂ ਰਾਜਸਥਾਨ ਟੂਰ 'ਤੇ ਗਏ ਸੀ, ਉਦੋਂ ਇਹ ਫੁੱਲ ਸਪੀਡ 'ਤੇ ਗਏ ਸੀ, 120 ਦੀ ਸਪੀਡ ਨੂੰ ਟੱਚ ਕਰਦਾ,
ਆਪਣਾ ਕੋਰਟ ਤਾਂ 120 ਦੀ ਸਪੀਡ 'ਤੇ ਗਏ ਨਹੀਂ, ਤਾਂ ਹੀ ਦਿਨ ਦੇ ਵਿੱਚ ਇੱਕ 11 ਵਜੇ ਤੋਂ ਲੈ ਕੇ ਰਾਤ ਨੂੰ 7-8 ਵਜੇ ਤੱਕ 500 ਕਿਲੋਮੀਟਰ ਫੇਰੀ ਕੱਢਦਾ ਸੀ ਜੇ 120 ਦੀ ਸਪੀਡ 'ਤੇ ਚੱਲਦੇ ਸੀ। ਸਫ਼ਰ ਬਹੁਤ ਲੰਬਾ ਸੀ ਕਿਉਂਕਿ ਰਾਜਸਥਾਨ ਦਾ ਏਰੀਆ ਬਹੁਤ ਵੱਡਾ, ਕਿਉਂਕਿ ਸੜਕ ਦੇ ਉੱਤੇ ਦਰੱਖਤ ਬਹੁਤ ਨੇ, ਗਰਮੀ ਮਹਿਸੂਸ ਨਹੀਂ ਹੁੰਦੀ। ਬਾਕੀ ਬਚਾ ਕੇ ਰੱਖੇ ਹੋਏ ਨੇ, ਪੁਰਾਣੇ ਦਰੱਖਤ ਨੇ, ਆਕਸੀਜਨ ਬਹੁਤ ਦਿੰਦੇ ਨੇ, ਗਰਮੀ ਦੇ ਵਿੱਚ ਸਾਹ ਵੀ ਬਹੁਤ ਦਿੰਦੇ ਨੇ। ਇਹ ਚੀਜ਼ਾਂ ਨੂੰ ਬਚਾ ਕੇ ਰੱਖਣਾ ਚਾਹੀਦਾ, ਵੱਧੋ ਵੱਧ ਦਰੱਖਤ ਲਾਉਣੇ ਚਾਹੀਦੇ ਨੇ ਤਾਂ ਜੋ ਆਪਾਂ ਨੂੰ ਗਰਮੀ ਤੋਂ ਬਚਾ ਸਕਣ ਅਤੇ ਵੱਧ ਤੋਂ ਵੱਧ ਮੀਂਹ ਪੈ ਸਕਣ, ਕਿਉਂਕਿ ਜਿਹੜਾ ਹੁਣ ਜ਼ਮੀਨ ਹੇਠਲਾ ਪਾਣੀ ਹੈ ਜੋ ਜਿਹਦੀ ਆਪਾਂ ਵਰਤੋਂ ਕਰਦੇ ਹਾਂ ਪੀਣ ਯੋਗ ਪਾਣੀ ਹੈ ਜਾਂ ਖੇਤਾਂ ਨੂੰ ਸਿੰਚਾਈ ਵਾਸਤੇ ਪਾਣੀ ਆ, ਜ਼ਮੀਨ ਹੇਠਲਾ ਪਾਣੀ ਹੈ ਜਿਹੜਾ 120 ਫੁੱਟ ਨੂੰ ਟੱਚ ਕਰ ਗਿਆ, 120 ਫੁੱਟ ਡੂੰਘਾ ਪਾਣੀ ਚਲਾ ਗਿਆ, ਤਾਂ ਤੁਸੀਂ ਦੇਖੋ ਇੱਕ ਚਿੰਤਾ ਦਾ ਵਿਸ਼ਾ ਵੀ। ਸਾਹਮਣਾ ਪਿੰਡ ਆ ਗਿਆ ਬਡਰੁੱਖਾਂ, ਮਹਾਰਾਜਾ ਰਣਜੀਤ ਸਿੰਘ ਦਾ ਨਾਨਕਾ ਘਰ ਨਾਨਕਾ ਪਿੰਡ ਆ ਬਡਰੁੱਖਾਂ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਜੀ ਤਾਂ ਬਡਰੁੱਖਾਂ ਪਿੰਡ ਦੇ ਸੀ। ਤਾਂ ਬਡਰੁੱਖਾਂ ਪਿੰਡ ਦੇ ਵਿੱਚ ਅੱਜ ਵੀ ਕਿਲ੍ਹਾ ਮੌਜੂਦ ਆ, ਪਰ ਹੋ ਸਕਦਾ ਵੀ ਉਹਦੀ ਸਾਂਭ ਸੰਭਾਲ ਉਹਨੇ ਤਰੀਕੇ ਨਾਲ ਨਾ ਕੀਤੀ ਗਈ ਹੋਵੇ, ਪਰ ਕਿਲ੍ਹਾ ਅੱਜ ਵੀ ਇੱਕ ਦੇ ਟਾਈਮ ਲੱਗਿਆ ਤੁਹਾਨੂੰ ਦਿਖਾਵਾਂਗੇ। ਦੇਖੋ ਗਾਈਸ, ਸਾਰੇ ਲੋਕ ਏਸੀ ਕੂਲਰ ਲਾ ਕੇ ਸੁੱਤੇ ਪਏ ਨੇ। ਸਾਨੂੰ ਕਿਹਾ ਸੀ ਵੀ ਜਦੋਂ ਨੂੰ ਆਪਾਂ ਵਾਪਸ ਆਉਣਾ ਤਾਂ ਤੁਹਾਨੂੰ ਦੁਕਾਨਾਂ ਤੋਂ ਬਿਨਾਂ ਆਉਣਾ, ਇੱਕ ਬੰਦਾ ਵੀ ਤੁਹਾਨੂੰ ਤੁਰਦਾ ਫਿਰਦਾ ਨਜ਼ਰ ਨਹੀਂ ਆਊਗਾ, ਸਿਰਫ ਆ ਇਕੱਲੇ ਬੱਚੇ ਮਿਲੇ ਨੇ ਆਪਾਂ ਨੂੰ ਜਦੋਂ ਦੇ ਆਪਾਂ ਪਿੰਡ ਦੇ ਵਿੱਚ ਐਂਟਰ ਕੀਤਾ। ਨਹੀਂ, ਸਭ ਸੁੱਤੇ ਪਏ ਨੇ ਅੰਦਰ ਕੁੰਡੇ ਲਾ ਕੇ, ਕਿਉਂਕਿ ਗਰਮੀ ਦਾ ਕਹਿਰ ਹੀ ਹੈ ਨਾ। ਅੱਜ ਆਪਾਂ ਕਾਈਆਂ ਖਾਤਰ ਬੁਭਾਰੇ ਲੈਣੇ ਆ ਕਿਉਂਕਿ ਗਰਮੀ ਜ਼ਿਆਦਾ ਆ, ਦੇਖਦੇ ਹਾਂ ਉਹ ਤਾਂ 2000-2500 ਦੀ ਰੇਂਜ ਦੇ ਵਿੱਚ ਮਿਲ ਜਾਂਦੇ ਨੇਗੇ, ਅਤੇ ਆਪਾਂ 4-5 ਬੁਭਾਰੇ ਲਾਉਣੇ ਨੇ ਕਿਉਂਕਿ 4 ਗਾਈਆਂ ਨੇ ਆਪਣੇ। ਆ ਗਏ ਆਪਾਂ ਇੰਜੀਨੀਅਰ ਕਾਲਜ ਦੇ ਵਿੱਚ, ਜੋ ਕਿ 550 ਕਿੱਲੇ ਦੇ ਵਿੱਚ ਕਾਲਜ ਬਣਿਆ ਹੋਇਆ, ਦੁਨੀਆ ਭਰ ਦੀ ਸਸਤੀ ਅਤੇ ਸਭ ਤੋਂ ਚੰਗੀ ਪੜ੍ਹਾਈ ਇਸ ਇੰਜੀਨੀਅਰ ਕਾਲਜ ਦੇ ਵਿੱਚ ਹੁੰਦੀ ਆ, ਕਿਉਂਕਿ ਇੱਥੋਂ ਬਹੁਤ ਦੂਰੋਂ ਦੂਰੋਂ ਅਦਰ ਸਟੇਟਾਂ ਤੋਂ ਸਟੂਡੈਂਟ ਪੜ੍ਹਨ ਲਈ ਆਉਂਦੇ ਆ। ਖਰਚੇ ਵਾਲਾ 12 ਵਜੇ ਪਹੁੰਚ ਗਏ ਸੀ ਆਪਾਂ ਘਰੇ, ਪਰ ਰਸਤੇ ਦੇ ਵਿੱਚ ਜਿਹੜਾ ਧੁੱਪ ਨੇ ਹਾਲ ਕੀਤਾ ਨਾ, ਤੱਤੀ ਹਵਾ ਨੇ, ਗਰਮੀ ਨੇ ਹਾਲ ਕੀਤਾ, ਉਹ ਖੁਦ ਨੂੰ ਹੀ ਪਤਾ ਹੁੰਦਾ, ਕਿਉਂਕਿ ਜਿਹਨੇ ਸਫ਼ਰ ਕੀਤਾ ਹੁੰਦਾ ਜਾਂ ਹੈਲਮਟ ਨਹੀਂ ਲੈ ਗਿਆ। ਮੈਂ ਕਿਹਾ ਚੱਲ ਸਵੇਰੇ ਵੀ ਠੰਡ ਜੀ ਹੈ ਨਾ, ਵੀ ਇੰਨੀ ਕੁ ਕਾਹਦੇ ਵਾਸਤੇ ਲੱਗੂ, ਪਰ ਹੈਲਮਟ ਤੋਂ ਬਿਨਾਂ ਕਦੇ ਵੀ ਤੁਰਨਾ ਨਹੀਂ ਚਾਹੀਦਾ। ਚਲੋ ਹੁਣ ਪੀਂਦੇ ਆਪਾਂ ਬਣਾ ਕੇ ਕੌਫੀ, ਹੁਣ ਬਣਾਉਣਾ ਕੌਫੀ, ਤਾਂ ਦੁੱਧ ਪਾ ਲਿਆ ਪਹਿਲਾਂ ਆਪਾਂ, ਹੁਣ ਇਹਨੂੰ ਚਲਾ ਦਈਏ। ਤਾਂ ਗੈਸ ਕਰਤਾ ਚਾਲੂ, ਉੱਪਰ ਰੱਖਤਾ ਦੂਧ, ਇਸ ਦੇ ਵਿੱਚ ਪਾਵਾਂਗੇ ਆਪਾਂ ਸ਼ੱਕਰ। ਵੈਸੇ ਸ਼ੱਕਰ ਵਧੀਆ, ਖੰਡ ਨਾਲੋਂ ਸ਼ੱਕਰ ਪੀਣੀ ਚਾਹੀਦੀ, ਸ਼ੱਕਰ ਦੀ ਚਾਹ ਹੋਵੇ, ਗੁੜ ਦੀ ਚਾਹ ਹੋਵੇ, ਵੈਸੇ ਵੀ ਵਰਤੋਂ ਦੇ ਵਿੱਚ ਤੁਸੀਂ ਗੁੜ ਅਤੇ ਸ਼ੱਕਰ ਦੀ ਵਰਤੋਂ ਆਮ ਕਰ ਸਕਦੇ ਹੋ, ਖੰਡ ਸਿਹਤ ਲਈ ਹਾਨੀਕਾਰਕ ਹੀ ਹੈ। ਸ਼ੱਕਰ ਦੀ ਪਾਤੀ ਅੱਧੀ ਕੜਸੀ, ਮਿੱਠਾ ਥੋੜ੍ਹਾ ਰੱਖਾਂਗੇ ਤੇਜ਼। ਕੌਫੀ 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 ਕਿੱਧਰ ਵੱਗ ਗਈ ਨੈਸਕੈਫੇ। ਕੌਫੀ ਹੋ ਗਈ ਬਣ ਕੇ ਤਿਆਰ, ਲਓ ਜੀ ਕੌਫੀ ਤਿਆਰ ਆਪਣੀ। ਹੁਣ ਇਹਨੂੰ 2 ਮਿੰਟ ਠੰਡੀ ਹੋ ਜਾਂਦੀ, ਇੰਨੇ ਭਾਂਡੇ ਮਾਂਜ ਦਾਂਗੇ, ਤਾਂ ਨਾਲ ਦੀ ਨਾਲ ਕੰਮ ਸਾਰਾ ਕਲੀਅਰ ਹੋਣਾ ਚਾਹੀਦਾ। ਇੱਕ ਚਮਚ
ਗਿਰ ਮਰ ਗਈ। ਬਹੁਤ ਟੇਸਟੀ ਆ ਬਾਈ, ਬਹੁਤ ਸਵਾਦ। ਵੈਸੇ ਕੌਫੀ ਤਾਂ ਟੇਸਟੀ ਹੁੰਦੀ ਹੈ, ਜਦੋਂ ਸ਼ੱਕਰ ਵਾਲੀ ਆਪਾਂ ਕੌਫੀ ਬਣਾਈ ਤਾਂ ਹੋਰ ਵੀ ਟੇਸਟੀ ਹੋ ਗਈ। ਸ਼ੱਕਰ ਵਾਲੀ ਵੈਸੇ ਕਦੇ ਆਪਣੇ ਪੀਤੀ ਨਹੀਂ ਹੋਣੀ, ਟਰਾਈ ਕਰਕੇ ਦੇਖਿਓ। ਦੇਖੋ ਆਪਣੇ ਪਿੰਡ ਦਾ ਹਾਲ, ਇੱਥੇ ਵੀ ਤੁਹਾਨੂੰ ਕੋਈ ਬੰਦਾ ਬਾਹਰੇ ਨਹੀਂ ਮਿਲੂ, ਜਿੰਨੇ ਵੀ ਨੇ ਸਾਰੇ ਅੰਦਰ ਕੂਲਰ ਪੱਖੇ ਲਾ ਕੇ ਸੁੱਤੇ ਪਏ ਨੇ। ਆਪਣਾ ਵੀ ਅੱਜ ਏਸੀ ਚੱਲ ਰੱਖਿਆ ਕਿਉਂਕਿ ਉਹ ਕੁੱਤਾ ਜਿਹਾ ਬਾਹਲੀ ਗਰਮੀ ਮੰਨਦਾ ਗਾ। ਆਹ ਦੇਖੋ ਇੱਧਰ ਵੀ, ਇੱਧਰ ਵੀ, ਇੱਕ ਵੀ ਬੰਦਾ ਤੁਹਾਨੂੰ ਇੱਥੇ ਬਾਹਰੇ ਨਹੀਂ ਮਿਲੂਗਾ, ਸਭ ਅੰਦਰ ਪਏ ਨੇ। ਜੇ ਕੋਈ ਬੈਠਾ ਮਿਲੂਗਾ, ਜਿਵੇਂ ਖੂਹਾ ਉੱਥੇ ਹੈ ਨਾ, ਸੈੱਡ ਪਾਇਆ ਹੋਇਆ, ਹਵਾ ਲੱਗਦੀ ਹੈ, ਉੱਚਾ ਥਾਵਾਂ, ਉੱਥੇ ਬੁੜੇ ਬਹਿ ਜਾਂਦੇ ਨੇ। ਨਹੀਂ ਬਸ ਸਭ ਸੁੱਤੇ ਪਏ ਨੇ, ਪਿੰਡ ਐਂ ਲੱਗਦਾ ਜਿਵੇਂ ਹੁੰਦੇ ਹੀ ਨਹੀਂ ਕੋਈ, ਖਾਲੀ 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 ਜਾਵਦਾ। ਲਓ ਵੀ ਮਿੱਤਰੋ, ਆਪਾਂ ਤਾਂ ਪਫਾਰੇ ਜਿਹੜੇ ਲਾਉਣੇ ਸੀ ਉਹ ਆਪਾਂ ਲਾ ਤੇ, ਤੁਸੀਂ ਦੇਖ ਸਕਦੇ ਹੋ ਇੱਧਰ ਫਿਲਟਰ ਵਾਲੀ ਮੋਟਰ ਅਤੇ ਇੱਧਰ ਪਫਾਰੇ ਚੱਲੀ ਜਾਂਦੇ ਨੇ। ਤਾਂ ਇਹਦੇ ਵਿੱਚ ਦੋ ਰੀਜਨ ਹੋਏ ਨੇ, ਉਹ ਤੁਹਾਨੂੰ ਮੈਂ ਦੱਸਦਾ ਵੀ ਕਾਰਨ ਕੀ ਨੇ। ਪਹਿਲਾਂ ਤਾਂ ਮੋਟਰ ਆਈ ਆ, ਇਹ ਇੱਕ ਵੱਡੀ ਮੋਟਰ ਹੈ, ਇੱਕ ਛੋਟੀ ਮੋਟਰ ਹੈ, ਕਿਉਂਕਿ ਜਿਹੜੀ ਵੱਡੀ ਹੈ 1200 ਦੀ ਦਿੱਤੀ ਹੈ, ਛੋਟੀ 600 ਦੀ ਮੋਟਰ ਸੀ, ਵਿੱਚ ਹੀ ਡਾਕਟਰ ਆ। ਤਾਂ ਇਹ ਆਪਾਂ 600 ਵਾਲੀ ਵੀ ਲੈ ਸਕਦੇ ਹਾਂ, 1200 ਵਾਲੀ ਵੀ ਲੈ ਸਕਦੇ ਹਾਂ। ਜਿਹੜੀ 600 ਵਾਲੀ ਆ ਉਹ 3-4 ਕ ਬਸ ਛੋਟੇ ਪਫਾਰੇ ਚਲਾਉਂਦੀ ਹੈ, ਜਿਹੜੀ ਵੱਡੀ ਮੋਟਰ ਆ ਇਹ 10 ਚਲਾਉਂਦੀ ਹੈ। ਇਹਦਾ ਕਾਰਨ ਇਹ ਹੈ ਕਿ ਇੱਥੋਂ ਢੋਲ 'ਚੋਂ ਪਾਣੀ ਪਾ ਕੇ ਇੱਧਰੋਂ ਸਪਲਾਈ ਹੋ ਗਈ, ਤਾਂ ਇੱਦਾਂ ਆਪਾਂ ਉੱਤੇ ਹਜੇ ਟੰਗੇ ਨੇ। ਉਦੋਂ ਬਾਅਦ ਤੁਸੀਂ ਦੇਖੋ ਜਿਹੜੇ ਆਹ ਪਫਾਰੇ ਆ ਛੋਟੇ, ਇਹ 50 ਰੁਪਈਆਂ ਦਾ ਪਫਾਰਾ ਗਾ, ਇਹ ਕੋਈ ਕਾਮਯਾਬ ਨਹੀਂ ਲੱਗਿਆ। ਕਾਮਯਾਬ ਵੈਸੇ ਹੈਗੇ ਵੀ ਨੇ, ਪਰ ਜੇ ਇੱਕ ਅਸੀਂ ਵੱਡਾ ਲਾਤਾ, ਬਾਕੀ ਸਾਰੇ ਛੋਟੇ, 6 ਛੋਟੇ ਨੇ, ਇੱਕ ਵੱਡਾ। ਜਿਹੜਾ ਵੱਡਾ ਪਫਾਰਾ ਤੁਸੀਂ ਦੇਖੋ ਇਹ ਲਿਆਉਂਦਾ ਨਜ਼ਾਰੇ, ਪਰ ਇਹਦੇ ਨਾਲ ਇੱਕ ਕਾਰਨ ਆ ਵੀ ਫਰਸ਼ ਵਾਲਾ ਗਿੱਲਾ ਹੁੰਦਾ। ਜਿਹੜੇ ਛੋਟੇ ਪਫਾਰੇ ਨੇ ਨਾ, ਉਹ ਤਾਂ ਧੁੰਦ ਬਣੀ ਜਾਂਦੀ ਹੈ, ਪਰ ਮੈਨੂੰ ਨਹੀਂ ਲੱਗਦਾ ਵੀ ਇਹ ਹਵਾ ਠੰਡੀ ਕਰਦੇ ਹੋਣਗੇ, ਇੰਨੇ ਕੀ ਚੱਲਦੇ ਆ ਇਹ ਤੁਸੀਂ ਦੇਖ ਸਕਦੇ ਹੋ। ਵੈਸੇ ਆਪਾਂ ਪਹਿਲਾਂ ਚੱਲਦੇ ਕਿਤੇ ਦੇਖੇ ਨਹੀਂ ਸੀ, ਤਾਂ ਕਰਕੇ ਆਪਾਂ ਲਿਆ ਹੈ, ਬਸ ਆਹ ਚੱਕਰ ਆ। ਆਹ ਜਿਹੜਾ ਵੱਡਾ ਗਾ ਪਫਾਰਾ, ਇਹ ਨਜ਼ਾਰੇ ਲਿਆਉਂਦਾ, ਪਰ ਇਹ ਗਿੱਲਾ ਵਾਲਾ ਕਰਦਾ, ਥੱਲੋਂ ਦੇਖੋ ਸਾਰੇ ਗਿੱਲਾ ਗਿੱਲਾ ਕਰਤਾ। ਪਰ ਇਹ ਗਾਈਆਂ ਆਪਣੀ ਹੌਂਕ ਦੀ ਵੱਧ ਸੀ, ਇਹ 'ਤੇ ਤਾਂ ਇਹੀ ਕੰਮ ਕਰਨਾ ਸੀ, ਬਾਕੀ ਇਹ ਐਂ ਵੀ ਜਿਹੜੀਆਂ ਸਾਈਡ ਵਾਲੀਆਂ ਦੋਨੇ ਗਾਈਆਂ ਨੇ ਉਹਨਾਂ 'ਤੇ ਵੀ ਅਸਰ ਕਰਦਾ ਹੈ, ਪਰ ਆਹ ਛੋਟੀ ਧੁੰਦ ਜੀ ਹੈ, ਇਹ ਤਾਂ ਕੋਈ ਹੈ ਨਹੀਂ, ਬਸ ਐਂ ਮਾੜਾ ਮੋਟਾ ਪਈ ਜਾਂਦਾ। ਹੋ ਸਕਦਾ ਕੋਈ ਹਵਾ ਦਾ ਠੰਡੀ ਦਾ ਫਰਕ ਪੈਂਦਾ ਹੋਵੇ, ਥੋੜ੍ਹਾ ਮੋਟਾ 19 ਫਰਕ ਪੈਂਦਾ ਹੋਊ, ਪਰ ਜਿਹੜਾ ਅਸਲਾ ਤਾਂ ਉਹ ਇਹ ਹੈ, ਇਹ ਪਾਣੀ ਵਾਲਾ ਖਿੱਚਦਾ ਅਤੇ ਥੱਲੋਂ ਫਰਸ਼ ਵਾਲਾ ਗਿੱਲਾ ਕਰਦਾ। ਦੇਖੋ ਇਹ ਗਾਈ ਹੌਂਕਦੀ ਰਹਿੰਦੀ, ਜੀਭ ਨਿਕਲੀ ਰਹਿੰਦੀ ਸੀ, ਤਾਂ ਹੁਣ ਆਰਾਮ ਨਾਲ ਖੜੀ ਆ, ਇੰਨਾ ਕੁ ਫਰਕ ਹੈ ਇਹਦਾ। ਬਾਕੀ ਹਜੇ ਸੈਟਿੰਗ ਕਰ ਰਹੇ ਹਾਂ, ਢੋਲ ਉੱਥੇ ਵੱਡਾ ਧਰਾਂਗੇ ਆਪਾਂ 200 ਲੀਟਰ ਵਾਲਾ, ਅਤੇ ਇੱਕ ਉਹਦੇ ਮੂਹਰੇ ਫਿਲਟਰ ਲਾਵਾਂਗੇ ਪੈਪ ਦੇ ਮੂਹਰੇ, ਕਿਉਂਕਿ ਆਹ ਪਫਾਰੇ ਖੜ ਵੀ ਗਏ ਹਜੇ ਘੰਟਾ ਹੋਇਆ ਚਲਾਇਆਂ ਨੂੰ, ਕਿਉਂਕਿ ਥੋੜ੍ਹਾ ਥੋੜ੍ਹਾ ਇਹਨਾਂ ਦੇ ਮੂਹਰੇ ਕੁਛ ਲੱਗ ਗਿਆ ਤਾਂ ਇਹ ਉੱਥੇ ਹੀ ਖੜ ਜਾਂਦੇ ਨੇ। ਦੇਖੋ ਸੁਰਤ ਲਿਆਤੀ ਗਾਈ ਨੂੰ, ਤਾਂ ਇਹ ਸਾਰਾ ਪਫਾਰਿਆਂ ਦਾ ਪ੍ਰੋਜੈਕਟ ਇਹ ਆਪਾਂ 1.5 ਘੰਟੇ ਦੇ ਵਿੱਚ ਜੜਤੇ, ਕਿਉਂਕਿ ਇਹਨਾਂ ਦਾ ਕੋਈ ਬੜਾ ਵੱਡਾ ਪ੍ਰੋਜੈਕਟ ਤਾਂ ਹੁੰਦਾ ਨਹੀਂ। ਇੱਕ ਪਾਈਪ ਆਉਂਦੀ ਹੈ, ਇੱਕ ਪੱਟੀਆਂ ਜੀ ਆਉਂਦੀਆਂ ਨੇ, ਅਤੇ ਇੱਕ ਫੁਹਾਰੇ ਆਉਂਦੇ ਆ ਥੱਲੇ। ਤਾਂ ਤੁਸੀਂ ਪਾਈਪ ਲਿਆ ਕੇ ਜਿੱਥੇ ਹੈ ਨਾ ਲਾਉਣਾ, ਉੱਥੋਂ ਕੱਟ ਕਰਕੇ ਪਾਈਪ ਉਹਦੇ ਵਿੱਚ ਟੀਆਂ ਚਾੜ ਕੇ ਇਹੀ ਚੜ ਜਾਂਦੀਆਂ, ਲੋਕ ਪੈ ਜਾਂਦੇ ਆ, ਅਤੇ ਉਦੋਂ ਬਾਅਦ ਵਿੱਚ ਫੁਹਾਰੇ ਚੜੇ ਜਾਂਦੇ ਆ। ਕੋਈ ਬੜਾ ਵੱਡਾ ਪ੍ਰੋਜੈਕਟ ਨਹੀਂ ਹੈਗਾ, ਵੀ ਇਹ ਨਹੀਂ ਹੈਗਾ ਵੀ ਕਿਸੇ ਨੂੰ ਸੱਦ ਕੇ ਸੈੱਟ ਕਰਾਉਣਾ ਪਊ, ਜੇ ਕਰਾਉਣਾ ਪਊ, ਤਾਂ ਤੁਸੀਂ ਲਿਆ ਕੇ ਘਰ ਆਪ ਜੜ ਸਕਦੇ ਹੋ। ਤਾਂ ਇਹ ਸਿਸਟਮ ਆ ਬਈ ਫੁਹਾਰਿਆਂ ਦਾ, ਦੇਖਦੇ ਹਾਂ ਕਿੰਨਾ ਕੁ ਕਾਮਯਾਬ ਰਹਿਣ ਵਾਲਾ ਹੈ। ਵੈਸੇ ਹਵਾ ਦਾ ਫਰਕ ਤਾਂ ਪੈਣਾ ਹੀ ਪੈਣਾ ਹੈ, ਚਾਹੇ ਛੋਟੇ ਨੇ ਚਾਹੇ ਵੱਡੇ ਨੇ, ਥੋੜ੍ਹਾ ਮੋਟਾ ਫਰਕ ਤਾਂ ਪੈਂਦਾ ਹੀ ਹੈ ਇਹਨਾਂ ਨਾਲ ਵੀ। ਆਹ ਦੇਖੋ ਧੁੰਦ ਜੀ ਬਣ ਬਣ ਹਵਾ ਜਿਹੜੀ ਫਰਕ ਪਾਉਂਦੀ ਹੈ, ਕਿਉਂਕਿ ਇੰਨੇ ਕੁ ਥਾਂ 'ਤੇ 3 ਹੋ ਗਏ।
ਹਵਾ ਜਿਹੜੀ ਗਾਈਆਂ ਨੂੰ ਲੱਗਦੀ ਆ ਤਾਂ ਮਾੜਾ ਮੋਟਾ ਤਾਂ ਫਰਕ ਪਾਉਂਦੀ ਹੈ। ਇਹ ਗਾਈਆਂ ਹੌਂਕਦੀਆਂ ਵੀ ਇਹਨਾਂ ਨੂੰ ਕੋਈ ਚੱਕਰ ਵੀ ਨਹੀਂ, ਸਾਰਿਆਂ ਨੂੰ ਵੱਧ ਪਰਲੀਆਂ ਗਾਈਆਂ ਹੌਂਕਦੀਆਂ ਸੀ, ਸਾਰਿਆਂ ਨੂੰ ਵੱਧ ਗਰਮੀ ਮੰਨਦੀ ਸੀ, ਪਰਲੀ ਹਜੇ ਘੱਟ ਮੰਨਦੀ ਆ, ਆਹ ਜਮੀ ਨਹੀਂ ਮੰਨਦੀ। ਤਾਂ ਬਸ ਇਸੇ ਦੀ ਮੇਨ ਪ੍ਰੋਬਲਮ ਸੀ, ਇਹਦੀ ਜਿਹੜੀ ਪ੍ਰੋਬਲਮ ਸੀ ਉਹ ਸੋਲਵ ਹੋਊਗੀ। ਬਾਕੀ ਕਮੈਂਟ ਕਰਕੇ ਦੱਸਿਓ ਵੀ ਇਹ ਪ੍ਰੋਜੈਕਟ ਕਿੱਦਾਂ ਦਾ ਲੱਗਿਆ, ਜਿਨ੍ਹਾਂ ਨੂੰ ਬੁਖਾਰਿਆਂ ਬਾਰੇ ਹੋਰ ਵੀ ਨੌਲੇਜ ਆ ਤਾਂ ਉਹ ਆਪਾਂ ਨੂੰ ਕਮੈਂਟ ਕਰਕੇ ਦੱਸ ਸਕਦਾ ਵੀ ਇਹ ਹੋਰ ਵੀ ਕਾਰਗਰ ਕਿਵੇਂ ਹੋ ਸਕਦੇ ਆ। ਸਰਪੇ ਸਾਰਾ ਜਿਹੜਾ ਪ੍ਰੋਜੈਕਟ ਆਪਣਾ ਏ ਟੂ ਜੈੱਡ ਇਹ ਆਪਣਾ 2000 ਰੁਪਈਏ ਦੇ ਵਿੱਚ ਪਿਆ ਹੈਗਾ, ਅਤੇ ਕੋਈ ਬੜਾ ਮਹਿੰਗਾ ਵੀ ਨਹੀਂ ਲੱਗਿਆ ਅਤੇ ਬੜਾ ਸਸਤਾ ਵੀ ਨਹੀਂ। ਠੀਕ ਹੈ ਵੀ ਜੇ ਆਪਾਂ ਬੁਖਾਰੇ ਲਾਉਣੇ ਨੇ ਇਹਨਾਂ ਦਾ, ਹੈ ਨਾ, ਆਪਾਂ ਨੂੰ ਲਾਭ ਮਿਲਦਾ ਹੈ ਤਾਂ 2000 ਤਾਂ 7-8 ਬੁਖਾਰਿਆਂ 'ਤੇ ਕੋਈ ਬਾਹਲਾ ਵੀ ਨਹੀਂ, ਇੰਨੇ ਕੁ ਦਾ ਸਮਾਨ ਹੁੰਦਾ। ਮੋਟਰ ਹੀ ਵੱਧ ਆਉਂਦੀ ਹੈ, ਬਾਕੀ ਆ ਤਾਂ ਸਮਾਨ ਸਾਰੀ ਥੋੜ੍ਹੇ ਜਿਹੇ ਰੁਪਈਆਂ ਦੀ ਹੁੰਦਾ, ਕਿਉਂਕਿ 250 ਦੀ ਤਾਰ ਹੁੰਦੀ ਹੈ ਅਤੇ 300 ਦੇ ਬੁਖਾਰੇ ਹੀ ਹੋਣਗੇ, ਬਾਕੀ 150 ਦੀ ਕੋਈ ਹੋਰ ਚੀਜ਼ ਹੋਊਗੀ, ਬਾਕੀ ਉਸ ਇਕੱਲੇ ਮੋਟਰ 'ਤੇ ਹੀ ਖਰਚਾ ਜ਼ਿਆਦਾ ਹੈ। ਮੋਟਰ ਵੀ ਉਹ ਲੱਗਦੀ ਹੈ ਕਿ ਜਿਹੜੀ ਫਿਲਟਰ 'ਚ ਲੱਗੀ ਹੁੰਦੀ ਆ, ਪਾਣੀ ਫਿਲਟਰ ਕਰਦਾ ਜਿਹੜਾ, ਉਹ ਬਸ ਉਹ ਹੀ ਮੋਟਰ ਹੈ। ਖੈਰ ਸਾਹਿਬ ਆਪਣੇ ਜਾਂ